सत श्री अकाल। पीबी बत्ती नवां शहर देख रहे हो। इस वेले एक वड्डी खबर तुहाडे नाल सांझी करन जा रहे हैं। विजिलेंस विभाग ने 5000 रुपया रिश्वत लेंदे हुए एक पुलिस मुलाजम नूं मौके ते काबू किया। दस दी एक पासे जिथे बड़ी बार पुलिस के कई मुलाजमान दीआं चंगीआं इमानदारी नाल ड्यूटी निभाउंदिआं दीआं वीडियो सामने आउंदीआं हन, उत्थे हाले भी कई पुलिस मुलाजम अजिहे हन जिहड़े हाले भी रिश्वत लैण तों बाज नहीं आउंदे अते पुलिस प्रशासन का नाम खराब कर रहे हैं। जिहड़े खुद नूं दिखाउंदे तां बहुत इमानदार हन पर मन विच सोच यही हुंदी है कि कोई बकरा फसा के फिर उसनों हलाल करिए। शुरुआती जानकारी सांझी करिए तां मामला थाणा थार उच्चा थड़ा तो सामने आ रहा है, जिथे तैनात एक KSI जो कि एक झगड़े के मामले की इनकुआरी कर रहा है, उसने इस इनकुआरी दौरान पीड़ित परिवार तो 20000 रुपए की रिश्वत की मांग की ता जो वह मामला रफा दफा कर दे ते डील डन भी हो जाती है। डील डन होने तो बाद रिश्वत की पहली किश्त लैण वास्ते हैरानी की गल है कि बैंक दीआं किश्तां तां सुणिआ सी इत्थे रिश्वत दीआं वी किश्तां बन्नियां जांदियां हन। खैर ASI रिश्वत की पहली किश्त लैण खातर पीड़ित परिवार नूं थार चौंक च बुलांदा पर परिवार इस गल की शिकायत विजिलेंस विभाग नूं कर दिंदा है अते फिर पठानकोट विजिलेंस विभाग इस ते कार्रवाई करदे हुए 5000 रुपए रिश्वत लैंदिआं इस ASI नूं रंगे हत्थ काबू कर लैंदा ते हुण अगरेली जिहड़ी कार्रवाई है वह भी विजिलेंस विभाग कर रहा। पीड़ित परिवार का कहना है कि ASI ने उन्होंने एक गल आखी सी कि मामला वो रफा दफा कर देगा, जिस दे लई 20000 रुपया उसने जी डिमांड रखी है तो पहली किश्त जी 5000 रुपए की वह लैण वास्ते मुलाजम ने जिहड़ा पीड़ित परिवार है उसनों बुलाया सी। पर सोचण वाली गल यह है कि अज तक पता नहीं किन्ने अजिहे मामलों रफा दफा करने वास्ते ASI साहब ने पता नहीं किन्नियां डील्स कीतियां होवणगियां ते किन्ने केस हाले तक लटक रहे होवणगे ते पता नहीं हाले तक किन्नियां तो किश्तां उन्होंने बाकी लैणियां होणगियां। खैर हुण इह मामला विजिलेंस विभाग कोल है, उन्हां आपे सारा झूठ दा झूठ ते सच दा सच फड़ ही लैणा। देखदे आ जी मौके दीआं पूरीआं तस्वीरां। ਕਿਹੜਾ ਪਿੰਡ ਹੈ ਭਾਜੀ? ਨਰੈਣਪੁਰ। ਕੀ ਗੱਲਬਾਤ ਹੋਈ? ਗੱਲਬਾਤ ਇਹ ਹੋਈ ਹੈ ਕਿ ਮਾਨ ਸਿੰਘ ਨੇ ਮੇਰੀ ਜਨਾਨੀ ਨੂੰ ਮਾਰਿਆ ਨਜਾਇਜ਼। ਉਹ ਡੰਗਰ ਲੈ ਕੇ ਖੱਡ ਨੂੰ ਜਾਂਦੀ ਪਈ ਸੀ ਅਤੇ ਉਹਨੇ ਨਜਾਇਜ਼ ਮੇਰੀ ਘਰ ਦੀ ਨੂੰ ਮਾਰਿਆ ਅਤੇ ਮੈਂ ਫਿਰ ਉਹਦਾ ਮੈਡੀਕਲ ਕਰਾ ਕੇ ਥਾਣੇ ਦੇ ਵਿੱਚ ਐਪਲੀਕੇਸ਼ਨ ਦਿੱਤੀ ਹੈ। ਕਿਹੜੇ ਥਾਣੇ ਦਿੱਤੀ? ਆਪਣੇ ਉੱਚਾ ਥੜਾ ਡੈਮ ਅਤੇ ਸਾਨੂੰ SHO ਆਪਣੇ ਥਾਣੇਦਾਰ ਸਾਹਿਬ ਜੀ ਕਹਿੰਦੇ ਹੈ ਕਿ ਮੈਨੂੰ 20000 ਰੁਪਇਆ ਦੇ ਅਤੇ ਮੈਂ ਇੱਥੇ ਪਰਚਾ ਕਰਨਾ। ਕਿਹੜੇ ਥਾਣੇਦਾਰੀ? ਆਪਣੇ ਰਕੇਸ਼ ਕੀਤਾ ਗਿਆ ਕਿ ਉਹ ਪੁਲਿਸ ਵਾਲਾ ਪੈਸੇ ਮੰਗਦਾ ਸੀ। ਹਾਂਜੀ ਅਤੇ ਇਸ ਕਰਕੇ ਕਿ ਅੱਜ ਪੈਸੇ ਦਿੱਤੇ ਇਹਨੂੰ ਧਾਰ ਚੌਂਕ ਦੇ ਵਿੱਚ। ਹਾਂਜੀ ਰੰਗੇ ਹੱਥੋਂ ਫੜਿਆ ਹੈ। ਮੈਂ ਮਨੋਰਟੀ ਸੈੱਲ ਦਾ ਵਾਈਸ ਚੇਅਰਮੈਨ ਪਠਾਨਕੋਟ ਤੋਂ ਬੋਲਦਾ। ਗੱਲ ਇਹ ਹੋਈ ਹੈ ਕਿ ਇਸ ਜਿਹੜਾ ਇਮਾਨ ਸਿੰਘ ਪ੍ਰਧਾਨ ਜਿਹੜਾ ਸਾਡੇ ਇਲਾਕੇ 'ਚ ਬਣਦੇ ਹੈ, ਇਹਨਾਂ ਦੀਆਂ ਕਈ ਕੰਪਲੇਨਾਂ ਸਾਡੇ ਕੋਲ ਪਹਿਲੇ ਵੀ ਆਈਆਂ। ਇਹ ਜ਼ਿਆਦਾ ਕਰਕੇ ਗੁੱਜਰਾਂ ਨੂੰ ਦੋਸ਼ੀ ਠਹਿਰਾਉਂਦਾ ਹੈ। ਕਿਸ ਪਾਰਟੀ ਤੋਂ ਬਿਲੋਂਗ ਕਰਦਾ? ਇਹ ਇਸ ਵੇਲੇ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ। ਕਹਿੰਦਾ ਹੈਗਾ, ਸਾਨੂੰ ਨਹੀਂ ਪਤਾ ਵੀ ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ। ਕਹਿੰਦਾ ਹੈ ਕਿ ਮੈਂ ਆਮ ਆਦਮੀ ਪਾਰਟੀ ਨਾਲ ਸੰਬੰਧ ਰੱਖਦਾ ਹੈ। ਇਹ ਜ਼ਿਆਦਾ ਕਰਕੇ ਨਾ ਗੁੱਜਰਾਂ ਨੂੰ ਟਾਰਗੇਟ ਬਹੁਤ ਕਾਫੀ ਦੇਰ ਤੋਂ ਕਰਦਾ ਪਿਆ ਸੀ। ਇਹਨੂੰ ਮੈਂ ਦੋ ਤਿੰਨ ਵਾਰ ਸਮਝਾਇਆ ਵੀ, ਦੋ ਤਿੰਨ ਵਾਰ ਥਾਣੇ ਵੀ ਸਾਡੀਆਂ ਗੱਲਾਂ ਬਾਤਾਂ ਹੋਈਆਂ ਕਿ ਤੂੰ ਸਾਡੇ ਪਿੰਡ ਦਾ ਸਰਪੰਚ ਨਹੀਂ, ਮੋਹਤਵਾਰ ਨਹੀਂ, ਤੂੰ ਸਾਨੂੰ ਨਾ ਤੰਗ ਕਰ। ਇਹ ਬਸ ਗੁੱਜਰਾਂ ਨੂੰ ਜ਼ਿਆਦਾ ਦੋਸ਼ੀ, ਕਦੇ ਨਾ ਕਦੇ ਕੋਈ ਨਾ ਕੋਈ ਪੰਗਾ ਗੁੱਜਰਾਂ ਦੇ ਨਾਲ ਲੈਂਦਾ ਰਹਿੰਦਾ। ਐਕਚੁਅਲੀ ਗੱਲ ਇਹ ਹੋਈ ਹੈ ਕਿ ਝੁਰੂ ਦਿਨ ਦੀ ਪਤਨੀ ਜਿਹੜੀ ਹੈ ਸ਼ੀਮਾ ਬੀਬੀ, ਉਹ ਡੰਗਰ ਲੈ ਕੇ ਡੇਲੀ ਜਾਂਦੀ ਸੀ। ਉਹਨੂੰ ਇਹਨੇ ਦੋ ਚਾਰ ਵਾਰੀ ਬੰਦ ਕੀਤਾ ਕਿ ਇੱਧਰੋਂ ਡੰਗਰ ਲੈ ਕੇ ਨਾ ਜਾ। ਇਹ ਉਹ ਕਹਿਣ ਲੱਗੀ ਕਿ ਰੋਡ 'ਚੋਂ ਅਸੀਂ ਡੰਗਰ ਲੈ ਕੇ ਜਾਣਾ ਹੈ, ਅਸੀਂ ਪਹਿਲੇ ਵੀ ਜਾਂਦੇ ਹਾਂ, ਅਸੀਂ ਖੱਡ 'ਚ ਚਗਾਉਂਦੇ ਹਾਂ, ਰੋਡ 'ਚ ਤਾਂ ਅਸੀਂ ਚਗਾਉਣੇ ਨਹੀਂ ਹੈ। ਉਸ ਦਿਨ ਇਹਨੇ ਦਿਨ ਵੀਰਵਾਰ 5 ਤਰੀਕ ਦੀ ਗੱਲ ਹੈਗੀ ਹੈ, ਉਸ ਦਿਨ ਇਹਦੀਆਂ ਮੱਝਾਂ ਜਿਹੜੀਆਂ ਉਹ ਘੇਰ ਲਈਆਂ, ਘੇਰ ਕੇ ਉਹਨੇ ਮੱਝਾਂ ਨੂੰ ਵੀ ਸੋਠੇ ਮਾਰੇ ਔਰ ਸ਼ੀਮਾ ਬੀਬੀ ਨੂੰ ਢਾਹ ਕੇ ਇਹਨੇ ਘਸੀਟਿਆ। ਘਸੀਟ ਕੇ ਉਸ ਤੋਂ ਬਾਅਦ ਇਹਨੇ 3 ਸੱਟਾਂ ਉਹਦੇ ਲਾਈਆਂ। ਸੱਟਾਂ ਲਾਉਣ ਤੋਂ ਬਾਵਜੂਦ ਕੁਦਰਤੀ ਮੈਂ ਵੀ ਆ ਗਿਆ ਉੱਧਰੋਂ, ਪਰ ਮੇਰੇ ਆਉਣ ਤੋਂ ਪਹਿਲੇ ਸੱਟਾਂ ਲੱਗ ਚੁੱਕੀਆਂ ਸੀ। ਇਹ ਝੁਰੂਦੀਨ ਉੱਥੇ ਪਹੁੰਚਿਆ ਸੀਗਾ। ਝੁਰੂਦੀਨ ਕਹਿੰਦਾ ਕਿ ਯਾਰ ਤੇਰਾ ਨੁਕਸਾਨ ਕੀ ਕੀਤਾ ਹੈਗਾ, ਤੂੰ ਨੁਕਸਾਨ 'ਤੇ ਦੱਸ ਬਾਈ।
ਉਹ ਕਹਿੰਦਾ ਵੀ ਮੈਂ ਸੜਕ ਚੋਂ ਮੱਝਾਂ ਨਹੀਂ ਟੱਪਣ ਦੇਣੀਆਂ, ਚਾਹੇ ਜੋ ਮਰਜ਼ੀ ਜੇ ਗੁਜਰੋ ਮੈਂ ਤੁਹਾਡੀਆਂ ਮੱਝਾਂ ਨਹੀਂ ਟੱਪਣ ਦੇਣੀਆਂ। ਚਲੋ ਮੈਂ ਇਹਨਾਂ ਨੂੰ ਉੱਥੇ ਥੋੜ੍ਹਾ ਜਿਹਾ ਸ਼ਾਂਤ ਕਰਾਇਆ, ਮੈਂ ਕਿਹਾ ਲੜੋ ਨਾ ਇਹਨਾਂ ਨੂੰ, ਮੈਂ ਕਿਹਾ ਤੁਸੀਂ ਜਾ ਕੇ ਯਾਰ ਆਪਣੀ ਮੈਡੀਕਲ ਕਰਵਾਓ ਅਤੇ ਉੱਥੇ ਜਾ ਕੇ ਥਾਣੇ ਆਪਣੀ ਰਿਪੋਰਟ ਦਰਜ ਕਰਾ ਦਿਓ। ਜਦੋਂ ਇਹ ਥਾਣੇ ਗਏ, ਇਹਨਾਂ ਨੇ ਮੈਡੀਕਲ ਕਰਵਾ ਕੇ ਥਾਣੇ ਜਾ ਕੇ ਇਹਨਾਂ ਨੇ ਰਿਪੋਰਟ ਦਰਜ ਕਰਵਾਈ ਹੈ। ਉਸ ਤੋਂ ਬਾਅਦ ਰਕੇਸ਼ ASI ਜਿਹੜੇ ਹੈਗੇ ਇਹਨਾਂ ਨੇ ਉਹਨਾਂ ਨੂੰ ਪੈਸੇ ਲੈ ਕੇ ਅਤੇ ਉਹਨਾਂ ਨੂੰ ਸਕੀਮ ਦੱਸਤੀ ਵੀ ਤੁਸੀਂ ਇੱਦਾਂ ਕੰਮ ਕਰੋ, ਤੁਸੀਂ ਵੀ ਕੋਈ ਝੂਠਾ ਕੋਈ ਮੈਡੀਕਲ 'ਤੇ ਬਣਾ ਲਓ। 8 ਸੱਟਾਂ ਉਹਦੀ ਘਰ ਦੀ, ਅਤੇ ਜਦ ਉਹਦੇ ਘਰ ਦੀ ਉੱਤੇ ਮੌਕੇ ਦੀ ਹੈ ਹੀ ਨਹੀਂ, ਖੁਦ ਅਸੀਂ ਨਹੀਂ ਦੇਖੀ, ਕਿਸੇ ਸ਼ਖਸ ਨੇ ਆਉਂਦੇ ਜਾਂਦੇ ਰੋਡ ਵਾਲੇ ਨੇ ਦੇਖੀ, ਉਸ ਔਰਤ ਦੇ 8 ਸੱਟਾਂ ਬਣਾ ਕੇ ਮੈਡੀਕਲ ਲੱਗ ਗਿਆ ਥਾਣੇ। ਉਹ ਤੋਂ ਬਾਅਦ ਅਸੀਂ ਜਦੋਂ ਥਾਣੇ ਗਏ ਹਾਂ, ਥਾਣੇ ਸਾਡੇ ਨਾਲ ਉਹਦੀ ਗੱਲਬਾਤ ਹੋਈ ਹੈ ਰਕੇਸ਼ ਐਸਆਈ ਦੀ ਕਿ ਕੋਈ ਗੱਲ ਨਹੀਂ ਤੁਸੀਂ ਖਰਚਾ ਕਰ ਦਿਓ ਅਤੇ ਆਪਾਂ ਜੂਰੀ ਦੇ ਹੱਕ 'ਚ ਫੈਸਲਾ ਕਰਾਂਗੇ, ਪਰਚਾ ਕਰ ਦਾਂਗੇ। ਫਿਰ ਉਹ ਕਰਦੇ ਕਰਾਉਂਦਿਆਂ 10,000 ਜਿਹੜੀ ਡੀਲ ਉਹ ਪੱਕੀ ਹੋਈ ਸੀ। ਅੱਜ ਧਾਰ ਥਾਣੇ ਜਿਹੜੀ ਹੈ ਰੰਗੀ ਹੱਥੀਂ ਬਿਜਨਸ ਡਿਪਾਰਟਮੈਂਟ ਨੇ ਜਿਹੜਾ ਉੱਥੇ ਮੌਕੇ 'ਤੇ ਛਾਪਾ ਮਾਰਿਆ, 5,000 ਰੁਪਇਆ ਰੰਗੀ ਹੱਥੀਂ ਉਹਨਾਂ ਕੋਲ ਫੜਿਆ, ਵਰਦੀ 'ਚ ਉਹ ਸੀ ਮੌਕੇ 'ਤੇ, 5,000 ਰੁਪਇਆ ਸਪੈਸ਼ਲ ਲੈਣ ਉਹ ਧਾਰ ਗਏ ਸੀ ਤੋਂ ਫੜਾਏ। ਅਤੇ ਜੂਰੀ ਦੀ ਨੂੰ ਵੀ ਇਨਸਾਫ ਦਿੱਤਾ ਜਾਏ ਕਿ ਉਹ ਮਾਨ ਸਿੰਘ ਜਿਹੜਾ ਉਹ ਕਹਿੰਦਾ ਕਿ ਗੁੱਜਰ ਇੱਥੋਂ ਦੇ ਖਾਨਾ ਬਦੋਸ਼ ਹੈਗੇ ਨੇ, ਇਹਨਾਂ ਦਾ ਇੱਥੇ ਰੱਦਾ ਪਤਲ ਕੋਈ ਹੈ ਨਹੀਂ ਹੈ। ਅਗਰ ਜੇ ਗੁੱਜਰ ਇੱਥੋਂ ਕੋਈ ਬਾਹਰ ਦੀ ਕੌਮ ਆਉਂਦੀ ਹੈ ਤਾਂ ਡਿਪਾਰਟਮੈਂਟ ਬੈਠਾ ਨਾ ਜਿਹੜਾ ਡਿਪਾਰਟਮੈਂਟ, ਅਗਰ ਗੁੱਜਰ ਗਲਤ ਹੈਗੇ ਤਾਂ ਗੁੱਜਰਾਂ 'ਤੇ ਵੀ ਕਾਰਵਾਈ ਕਰੇ, ਇੱਦਾਂ ਹੀ ਅਸੀਂ ਕਹਿੰਦੇ ਵੀ ਨਾ ਕਰਨ ਅਤੇ ਗਲਤ ਹੈਗੇ ਤਾਂ ਕਰਨ। ਪਰ ਪਿੰਡ ਦੇ ਵਿੱਚ ਇਹੋ ਹੀ ਇੱਕ ਬੰਦਾ ਕਿ ਜਿਹੜਾ ਗੁੱਜਰਾਂ ਦੇ ਖਿਲਾਫ ਚੱਲਦਾ, ਉਹ ਕੀ ਕਹਾਣੀ ਹੈ, ਕੀ ਇਹਦੀ ਰੰਜਸ ਹੈ ਅੰਦਰ ਖਾਤੇ 'ਚ, ਸਾਨੂੰ ਇਸ ਚੀਜ਼ ਦੀ ਕੋਈ ਸਮਝ ਨਹੀਂ ਆ ਰਹੀ। ਅਤੇ ਅਸੀਂ ਡਿਪਾਰਟਮੈਂਟ ਦੇ ਅੱਗੇ ਇਹੀ ਮਿਹਰਬਾਨੀ ਕਰਦੇ ਹਾਂ, ਸਰਕਾਰ ਅੱਗੇ ਵੀ ਇਹੀ ਮਿਹਰਬਾਨੀ ਕਰਦੇ ਹਾਂ ਕਿ ਇਹੋ ਜਿਹੇ ਬੰਦਿਆਂ ਦੇ ਨੱਥ ਪਾਈ ਜਾਏ, ਇਹ ਜਿਹੜੇ ਗਰੀਬ ਬੰਦੇ ਇਹਨਾਂ ਨੂੰ ਇਨਸਾਫ ਦਵਾਇਆ ਜਾਏ, ਇਹਨਾਂ ਨੇ ਵੀ ਰੋਜ਼ੀ ਰੋਟੀ 'ਤੇ ਕਮਾਣੀ, ਇੱਥੇ ਕਿਤੇ ਜਾਣਾ ਇਹਨਾਂ ਨੇ। ਠੀਕ।